ਯਾਰਾ ਬਹੁਤ ਵਧੀਆ ਕਨਸੀਲਰ ਹੈ ਤੈਨੂੰ ਪਤਾ ਮੈਂ ਆਹੀ ਯੂਜ਼ ਕਰਦੀ ਹਮੇਸ਼ਾ ਮੈਨੂੰ ਰੈਡੀ ਹੋਣ ਦੇ ਤੰਗ ਨਾ ਕਰ ਤੂੰ ਦੱਸ ਦੇਨੀ ਫਿਰ ਕੀ ਸੋਚਦੀ ਰਹਿਣੀ ਆ ਮੈਂ ਕੀ ਸੋਚਣਾ 10 ਧਿਆਨ ਦੇ ਕੇ ਕਰ ਉਹ ਜੇ ਕਰ ਲਵਾਂ ਕੋਈ ਚੀਜ਼ ਤੇ ਸੋਚਦੀ ਰਹਿਣੀ ਆ ਆਪਣੀ ਨਾ ਪੜਾਈ ਵੱਲ ਧਿਆਨ ਦੇ ਉਹ ਜ਼ਰੂਰੀ ਆ ਤੇਰੇ ਵਾਸਤੇ ਹਮਮ 10 ਕੀ ਆ ਕੀ ਸੋਚਦੀ ਰਹੀਂ ਨੀ ਆ ਕੁਛ ਨਹੀਂ ਸੋਚਦੀ ਕੋਈ ਨਹੀਂ ਲੱਗ ਜੂਗਾ ਪਤਾ ਅੱਛਾ ਜੇ ਕੁਝ ਸੋਚਦੀ ਨੀ ਤੂੰ ਉਹਦੇ ਬਾਰੇ ਤੇ ਫਿਰ ਕੱਲ ਕਿਉਂ ਉਹਦੇ ਪਿੱਛੇ ਐਕਟਿਵ ਆ ਮੋੜ ਕੇ ਚਲ ਗਈ ਸੀ ਉਹ ਤੇ ਤੂੰ ਕਿਹਾ ਮੈਂ ਗਈ ਮੈਂ ਤੇ ਕਹਿਈ ਸੀ ਕਿ ਨਹੀਂ ਜਾਣਾ ਪਾ ਹੂੰ ਕੱਲ ਤੇ ਵੜਾ ਕਹਿ ਨਹੀਂ ਸੀ ਕੁਛ ਤੇ ਹੈਗਾ ਵਾ ਧਿਆਨ ਨਾਲ ਅਗਰਾ ਸੋਚੀਂ ਨਾ ਲੱਗ ਬੜੀ ਬੇਸੰਝਾਇਦ ਹੂੰ ਸੱਪਾ ਤਲਾਗ ਤੁਮਿੰਗ ਪਤਾ ਨਹੀਂ ਕਿੱਥੇ ਵੜੀਆਂ ਆਈਆਂ ਨੇ ਦੋਨੋਂ ਕੁੜੀਆਂ ਕਿੰਨਾ ਟਾਈਮ ਹੋ ਗਿਆ ਨੂਰ ਪ੍ਰੀਤ ਸੁਣਦੀ ਨਹੀਂ ਜਾ ਕੇ ਵੇਖਾ ਇਹਨਾਂ ਦਾ ਤੇ ਮੇਕਅਪ ਹੀ ਨਹੀਂ ਮੁੱਕਦਾ ਬੰਦਾ ਪੁੱਛੇ ਕਾਲਜ ਹੀ ਜਾਣਾ ਸਿੰਪਲ ਕੰਗੀ ਕਰੋ ਤੇ ਜਾਓ ਨੂਰ ਪ੍ਰੀਤ ਬੰਦੀ ਦੀ ਵਾਜਾ ਪੈਂਦੀ ਆ ਤੇ ਤੇਰੇ ਖੰਡ ਵੀ ਮੁੱਕਦੇ ਚੱਲ ਚੱਲ ਚੰਗੀ ਚੱਲ ਚੰਦ ਕਿੱਥੇ ਗਈਆਂ ਉਹ ਦੋਨੋਂ ਅੱਗੇ ਆ ਅੱਗੇ ਬੱਸ ਆ ਮੈਨੂੰ ਜਾ ਕੇ ਵੇਖਣਾ ਪੈਣਾ ਹੈ ਅੱਗੇ ਹਾਂਜੀ ਮੈਂ ਆਗੇ ਕਿੱਥੋਂ ਆਈਆਂ ਆਪਾਂ ਬਸ ਰੈਡੀ ਹੋ ਰਹੇ ਹੁੰਦੇ ਸੀ ਇੱਧਰ ਰੂਮ 'ਚ ਰੈਡੀ ਹੋ ਰਹੇ ਸੀ ਕਿੱਥੇ ਚਲਨੀ ਆਉ ਕਿਤੇ ਨਹੀਂ ਚਲ ਲਈ ਕਾਲਜ ਚਲਨੀ ਆ ਤੇ ਤੁਸੀਂ ਮੈਂ ਆਫਿਸ ਤੇ ਇਹਨੇ ਮੇਕਅਪ ਸ਼ੇਕਅਪ ਦੀ ਕੀ ਲੋੜ ਐ ਯਾਰ ਕੋਈ ਮੇਕਅਪ ਨਹੀਂ ਕੀਤਾ ਐ ਤਾਂ ਆਪਾਂ ਨੋਰਮਲ ਰੈਡੀ ਹੁੰਨੇ ਨੋਰਮਲ ਕੀ ਐ ਰਬੜ ਬੈਂਡ ਕਿਉਂ ਨਹੀਂ ਪਾਇਆ ਬਸ ਉਹ ਇਦਾਂ ਹੀ ਸੋਹਣੇ ਲੱਗਦੇ ਐ ਇਦਾਂ ਨਹੀਂ ਸੋਹਣੇ ਲੱਗਦੇ ਕਾਲਜ ਜਾਣਾ ਸਿੰਪਲ ਬਣ ਕੇ ਜਾਓ ਸਿੰਪਲ ਪੋਨੀ ਕਰ ਤੂੰ ਵੀ ਸਿੰਪਲ ਪੋਨੀ ਕਰ ਮੇਰੀ ਮੀਟਿੰਗ ਐ ਜੀ ਮੈਂ ਤਾਂ ਤਿਆਰ ਹੋਈ ਸੀ ਠੀਕ ਐ ਮੜਾ ਮੋਟਾ ਗਲੋਸ ਲਾ ਲਿਆ ਨਾਲੇ ਐ ਕੀ ਵਾਟ ਇਜ਼ ਥਿਸ ਇਹ ਨਾਲ ਰੱਖਣਾ ਉਹਦਾ ਖਾ ਪੀ ਕੇ ਉੱਤੇ ਨਹੀਂ ਕਿਉਂ ਰੱਖਣਾ ਮੀਟਿੰਗ ਚ ਉਹਨਾਂ ਨੇ ਕਿਹਾ ਕਿ ਮੇਕਅਪ ਕਰਕੇ ਦਿਖਾਓ ਨਹੀਂ ਤੁਹਾਡੇ ਪਿਓ ਨੇ ਵੇਖ ਲਿਆ ਨਾ ਤੇ ਮੈਨੂੰ ਵੀ ਝੜਕਾ ਪਾਉਗੀਆਂ ਨਾਲ ਕੁੜੀਆਂ ਵਗਾਂੜੀਆਂ ਆਈਆਂ ਨੇ ਇਹ ਟਾਈਮ ਲੰਦੀ ਮੈਂ ਜਲਦੀ ਤੇ ਆ ਬਸ ਆਪਾਂ ਚੱਲ ਲਈ ਸੀ ਨਿਕਲ ਐ ਨੀ ਕਿ ਸਾਰਾ ਟਾਈਮ ਨਾ ਉੱਠ ਜੀ ਕੋਈ ਮਾਂ ਨਾ ਹੈਲਪ ਹੀ ਕਰਦੀ ਏ ਇੱਕ ਚਾਹ ਦਾ ਕੱਪ ਤੇ ਤੂੰ ਹੀ ਬਣਾ ਕੇ ਨਹੀਂ ਪੀਂਦੀਆਂ ਸਾਰਾ ਕੁਝ ਮਾਂ ਹੀ ਕਰੇ ਹੱਥ 'ਚ ਤੁਹਾਨੂੰ ਪਰੌਂਠੀਆਂ ਵੀ ਪੈਕ ਕਰਕੇ ਫੜਾਵੇ ਯਾਰ ਤੇ ਤੁਹਾਡੀ ਮੰਮਾ ਜ਼ਿੰਮੇਵਾਰੀ ਆ ਹੁਣ ਤੁਸੀਂ ਸਾਰੀਆਂ ਗੱਲਾਂ ਸਾਡੇ ਦੇ ਨਾਲ ਨਾ ਰੱਖੋ ਜ਼ਿੰਮੇਵਾਰੀ ਤਾਂ ਹੁਣ ਤੁਸੀਂ ਵੱਡੀਆਂ ਹੋ ਗਈਆਂ ਓ ਇਹ ਜ਼ਿੰਮੇਵਾਰੀ ਨਾ ਕੱਲ ਨੂੰ ਹੋਰ 2-4-5 ਸਾਲਾਂ ਤੱਕ ਤੁਹਾਡੇ ਤੇ ਵੀ ਆਣੀ ਹੈ ਯਾਰ ਚਿੱਲ ਕਰੋ ਮੰਮਾ ਆਪਾਂ ਚੱਲ ਜਾਣਾ ਹੁਣੇ ਠੀਕ ਕਰੋ ਮਮਾ ਇਸੇ ਨਹੀਂ ਹੁੰਦਾ ਬੇਟਾ ਚੱਲਿਆ ਪਿਲ ਚੱਕਰ ਚ ਨਹੀਂ ਆ ਤੇ ਤਾਂ ਵੀ ਨਹੀਂ ਹੁੰਦਾ ਤੂੰ ਨਾ ਕਿਸੇ ਦੀ ਗੱਲ ਸੁਣੀ ਉਹ ਫਿਰ ਚੁੱਪ ਐ ਤੂੰ ਅੱਗੋਂ ਕਰੀ ਜਾ ਆਰਗੂਮੈਂਟ ਯਾਰ ਫੇਰ ਕੀ ਹੋ ਗਿਆ ਨਾ ਲੈ ਮੇਰੀ ਗੱਲ ਸੁਣਾ ਦੋਨੋਂ ਇਹ ਰਾਤੀ ਫੋਨ ਤੇ ਕਿਦਾਂ ਨਾ ਗੱਲਾਂ ਲੱਗੀਆਂ ਹੀਆਂ ਸੀ ਕੋਈ ਨਹੀਂ ਫਰੈਂਡ ਸੀ ਸਾਡੀ ਸਹੇਲੀਆਂ ਸੀ ਨਹੀਂ ਰਾਤੀ 10 ਵਜੇ 11 ਵਜੇ ਸਹੇਲੀਆਂ ਕਿਹੜੀਆਂ ਸਹੇਲੀਆਂ ਨੇ ਮੇਰੇ ਆਫਿਸ ਦੇ ਪ੍ਰੋਜੈਕਟ ਹੁੰਦੇ ਨਾ ਮੈਂ ਉਹਦੀ ਗੱਲ ਕਰਦੀ ਪਈ ਸੀ ਚਲ ਤੇਰਾ ਤੇ ਮੰਨਿਆ ਚਲ ਆਫਿਸ ਦਾ ਕੋਈ ਕੰਮ ਹੋਏਗਾ ਤੇ ਤੇਰਾ ਮੇਰੀ ਫਰੈਂਡ ਗਈ ਸੀ ਨਾ ਬਾਹਰ ਉਹਦੀ ਕਾਲ ਆਉਂਦੀ ਚਾ ਉਹਨੂੰ ਪਤਾ ਤੇ ਆ ਟਾਈਮ ਇਸ਼ੂ ਆ ਉੱਥੋਂ ਫਿਰ ਕਾਲ ਆਉਂਦਾ ਫਿਰ ਤੁਹਾਨੂੰ ਪਤਾ ਲੇਟ ਨਾਈਟ ਕਾਲ ਕਰਨੀ ਪੈਂਦੀ ਪਰ ਨਹੀਂ ਇਹ ਕੰਮ ਚੰਗਾ ਨਹੀਂ ਹੈਗਾ ਮੇਰੀ ਸੁਣੋ ਗੱਲ ਦੋਵੇਂ ਜਾਨੀਆਂ ਹੁਣ ਤੁਸੀਂ ਨਾ ਹੋ ਗਈਆਂ ਵੱਡੀਆਂ ਸੀਰੀਅਸਲੀ ਮੇਰੀ ਗੱਲ ਨੂੰ ਸਮਝੋ ਕੱਲ ਨੂੰ ਕੋਈ ਇਹੋ ਜਿਹਾ ਕੋਈ ਕੰਮ ਨਾ ਕਰਨਾ ਤੇ ਨਾ ਕੋਈ ਇਹੋ ਜੀ ਬਾਹਰ ਤੁਹਾਡੀ ਕੋਈ ਹਵਾ ਉੱਡੇ ਕਿ ਤੁਸੀਂ ਕੋਈ ਗਲਤ ਕਦਮ ਚੁੱਕੋ ਸਿਆਣੀਆਂ ਚੰਗੇ ਘਰ ਦੀਆਂ ਕੁੜੀਆਂ ਹੋ ਤੇ ਸਮਝਦਾਰ ਬਣ ਕੇ ਬਾਹਰ ਨਿਕਲਣਾ ਜੋ ਕੰਮ ਹੈ ਕਾਲਜ ਜਾਣਾ ਕਾਲਜ ਤੱਕ ਮਤਲਬ ਰੱਖੋ ਆਫਿਸ ਜਾਣਾ ਆਫਿਸ ਤੱਕ ਰੱਖੋ ਮੈਨੂੰ ਜਾਂ ਤੁਹਾਡੇ ਪਾਪਾ ਨੂੰ ਕੁਝ ਵੀ ਬਾਹਰੋਂ ਪਤਾ ਨਹੀਂ ਰਗਣਾ ਚਾਹੀਦਾ ਤੇ ਨਾ ਹੀ ਤੁਸੀਂ ਕੋਈ ਇਹੋ ਜਿਹਾ ਕਦਮ ਚੁੱਕਣਾ ਵੱਡੀਆਂ ਹੋ ਗਿਆ ਆਪਣੀ ਰਿਸਪੋਨਸਿਬਿਲਟੀ ਸਮਝੋ ਆਪਣੇ ਘਰ ਦੀ ਇੱਜ਼ਤ ਤੁਹਾਡੇ ਹੱਥ ਚ ਹੈ ਜੇ ਤੁਹਾਨੂੰ ਆਜ਼ਾਦੀ ਮਿਲੀ ਹੈ ਤੇ ਉਹਦਾ ਮਿਸਯੂਜ਼ ਨਹੀਂ ਕਰਨਾ ਨਜਾਇਜ਼ ਫਾਇਦਾ ਨਹੀਂ ਖਾਣ ਟੈਂਸ਼ਨ ਲੈ ਆ ਕਰੋ ਟੈਂਸ਼ਨ ਕਿਉਂ ਆਫੀਸਰ ਨੇ ਕਾਲਜਾਂ ਦੀ ਮੈਂ ਮੇਰੀ ਗੱਲ ਹੁੰਦੀ ਰਹਿੰਦੀ ਤੁਹਾਨੂੰ ਨਹੀਂ ਪਤਾ ਉੱਥੇ ਕੁੜੀਆਂ ਕਿੰਨਾ ਰੈਡੀਓ ਕਹਿੰਦੀਆਂ ਮੈਂ ਤੇ ਫਿਰ ਵੀ ਸਿੰਪਲ ਬਣ ਕੇ ਜਾਂਦੀ ਆ ਉਹ ਤੇ ਠੀਕ ਹੈ ਪਰ ਅੱਜ ਕੱਲ ਜੋ ਜ਼ਮਾਨਾ ਜਾ ਰਿਹਾ ਆਪਣੀ ਇੱਜ਼ਤ ਆਪਣੇ ਹੱਥ ਚਲੋ ਜੇ ਫਿਰ ਵੀ ਕੋਈ ਗੱਲ ਹੈਗੀ ਆ ਤੇ ਮੈਂ ਤੁਹਾਡੀ ਇੱਕ ਮਦਰ ਨਹੀਂਗੀ ਤੁਹਾਡੀ ਫਰੈਂਡ ਵੀ ਆ ਤੁਸੀਂ ਮੈਨੂੰ ਖੁੱਲ ਕੇ ਦੱਸ ਸਕਦੇ ਹੋ ਕੱਲ ਨੂੰ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ ਮੈਂ ਬਾਰ ਬਾਰ ਕਹਿੰਦੀ ਪਈ ਆ ਪੱਕਾ ਸਮਝਦੀ ਆ ਨਾ ਹਾਂਜੀ ਹਾਂ ਤੁਮੀ ਮੈਂ ਕੁਝ ਕਰ ਹੀ ਨਹੀਂ ਰਹੀ ਸਾਡੇ ਪਾਪਾ ਤੁਹਾਡੇ ਵਾਸਤੇ ਕਿੰਨਾ ਕੁਝ ਕਰਦੇ ਆ ਕਿਤੇ ਵਾਸਤੇ ਆ ਸਭ ਕੁਝ ਸਾਡੇ ਵਾਸਤੇ ਆ ਜੇ ਕੋਈ ਗੱਲ ਹੈਗੀ ਆ ਤੇ ਮੈਨੂੰ ਦੱਸ ਦਿਓ ਕੋਈ ਗੱਲ ਨਹੀਂ ਕੀ ਯਾਰ ਇੱਧਰ ਹੀ ਫਿਰ ਫੋਨਾਂ ਤੇ ਫालतू ਗੱਲ ਅੱਜ ਤੋਂ ਨਾ ਹੋਵੇ ਠੀਕ ਹੈ ਜੋ ਕੰਮ ਹੈ ਜੋ ਗੱਲ ਹੈ ਕੋਈ ਇਕੱਦੀ ਆ ਤੇ ਸ਼ਾਮ ਤੱਕ ਠੀਕ ਹੈ ਆਫਿਸ ਦੇ ਪ੍ਰੋਜੈਕਟ ਆਫਿਸ ਖਤਮ ਕਰਕੇ ਆਓ ਯਾਰ ਅਪਾ ਕੱਲ ਕਿਰਨ ਵਾਲਗੇ ਉਦੋਂ ਮੇਰਾ ਟਾਈਮ ਮੈਨੂੰ ਉਦੋਂ ਫੋਨ ਆਇਆ ਸੀ ਮੇਰੇ ਉਦੋਂ ਗੱਲ ਨਹੀਂ ਹੋਈ ਫੇ ਮੈਂ ਰਾਤੀ ਕੀਤੀ ਸੁਣਨਾਂ ਗੱਲ ਉਹ ਤਾਂ ਚਲੋ ਠੀਕ ਆ ਮੈਂ ਸਮਝਦੀ ਆ ਪਰ ਜਿਹੜੀ ਗੱਲ ਮੈਂ ਤੁਹਾਨੂੰ ਸਮਝਾ ਰਹੀ ਆ ਉਹ ਗੱਲ ਤੇ ਆਪਾਂ ਕਾਇਮ ਰਹਿਣਾ ਠੀਕ ਆ ਸਮਝੀ ਆਪਾਂ ਸਾਡੀ ਗੱਲ ਚਲੋ ਹੁਣ ਤੁਸੀਂ ਚਾਹ ਪੀ ਲਓ ਚਲੋ ਚਾਹ ਪੀ ਲੀਏ ਚਲੋ ਚਲੋ ਬਹੁਤ ਤੰਗ ਕਰਦੇ ਹੋ ਤੁਸੀਂ ਤੂੰ ਨਾ ਸਮਝੀ ਮੰਮੀ ਮੰਮੀ ਡਾਰਲਿੰਗ ਹਾਂ ਕਿਰਨ ਹਾਏ ਸੁੱਤੇ ਜੇ ਥੱਕ ਗਈ ਸਵੇਰ ਦੀ ਨਾ ਕਪੜਾ ਬੜਾ ਧੋਤਾ ਸੀ ਨਾ ਅੱਛਾ ਅੱਛਾ ਤੇ ਥੱਕ ਗਈ ਐ ਚੁੱਲ੍ਹਾ ਇਤਨਾ ਹੀ ਪਿਆ ਵਾ ਚੁੱਲ੍ਹਾ ਵੀ ਆਹੋ ਕੋਈ ਗੱਲ ਨਹੀਂ ਉਹ ਚਾਹੀ ਆਪੇ ਦੇਖ ਲੇਗੀ ਅੱਛਾ ਚਾਹੀ ਕਿੱਥੇ ਗਈ ਆ ਸੇ ਇੱਧਰ ਉੱਧਰ ਹੀ ਗਈ ਹੋਣੀ ਕਿਤੇ ਕਹਿੰਦੀ ਸਾਗ ਲੈ ਆਵਾਂ ਜਾ ਕੇ ਅੱਛਾ ਇੱਕ ਤੇਰਾ ਚਾਈ ਸਾਗ ਬਹੁਤ ਖਾਂਦੀ ਆ ਹਜੇ ਫ੍ਰਿਜ ਚ ਪਿਆ ਵੀ ਹੋਇਆ ਮੈਂ ਕਿੰਨੀ ਵਾਰੀ ਕਿਹਾ ਰਾਤੀ ਨਹੀਂ ਖਾਈਦਾ ਡਾਈਜੈਸਟ ਨਹੀਂ ਹੁੰਦਾ ਸਵੇਰੇ ਕਹਿ ਰਹੀ ਕਿ ਮੈਨੂੰ ਐਸਿਡਿਟੀ ਹੁੰਦੀ ਆ ਉਹ ਕਿਉਂ ਹੁੰਦਾ ਓ ਜਿਵੇਂ ਗੈਸ ਜੀ ਬੰਦੀ ਨਾ ਅੱਛਾ ਸਾੜ ਪੈਂਦਾ ਸਾੜ ਸਾੜ ਮੈਂ ਨਾ ਸਮਾਨ ਲਿਖਣ ਦੀ ਸੀਗੀ ਆਪਣੇ ਲਈ ਕੁਝ ਆਰਡਰ ਕਰਨਾ ਸੀਗਾ ਤੋ ਇਹ ਕੁਝ ਮੰਗਾਣਾ ਵਾ ਤੇ ਮੈਨੂੰ ਦੱਸ ਦੋ ਕੋਈ ਵੀ ਕੋਈ ਵੀ ਤੁਹਾਡੀ ਚੀਜ਼ ਹੈਗੀ ਆ ਤੁਹਾਡੀ ਜਿਹਦੇ ਲੱਗਦਾ ਤੁਹਾਨੂੰ ਨੀਡ ਲੋੜ ਆ ਉਹ ਮੈਨੂੰ ਦੱਸ ਦੋ ਤੇ ਮੈਂ ਲੈਵਾਂਗੀ ਨਹੀਂ ਮੰਝੋ ਕੋਈ ਗੱਲ ਨਹੀਂ ਜਿਹੜੀ ਲੋੜ ਹੈਗੀ ਲੈ ਆਂਟੀ ਆਗੇ ਆਜੋ ਆਂਟੀ ਆਓ ਭੈਣ ਜੀ ਆਓ ਹੋਰ ਕੀ ਹਾਲ ਹੈ ਮੰਜੇ ਤੇ ਕਿਤੇ ਮੰਝੇ ਤੇ ਬਹਿਣਾ ਬੜਾ ਔਖਾ ਲੱਗਦਾ ਮੈਨੂੰ ਹੋਰ ਨਹੀਂ ਨਹੀਂ ਨਾ ਸੁੱਖਾ ਮੰਝੇ ਦਾ ਨਾ ਕਿਸੇ ਦਾ ਮੂੰਹ ਪੈਂਦੇ ਜੇ ਕੀ ਆ ਇੱਥੇ ਮਮੂ ਨਾ ਸਾਹਮਣੇ ਹੋ ਕੇ ਆਂਟੀ ਇੱਥੇ ਬਹਿ ਜਾ ਸਾਹਮਣੇ ਹੋ ਕੇ ਚੱਲ ਕੋਈ ਹੋਰ ਬੜੇ ਆ ਉਹ ਕਿੱਥੇ ਆ ਆ ਮਮਮੀ ਨੇ ਸਾਹਮਣੇ ਹੋਏ ਆ ਕਹਿੰਦੇ ਕੱਢੀ ਦੇਣੀ ਆਏ ਹਾਏ ਹਾਏ ਨਹੀਂ ਕਿਉਂ ਨਹੀਂ ਕੱਢੀ ਦੇ ਉਹ ਇਹ ਕੱਢ ਦੇਣੀ ਆ ਸਮਾਨ ਲੈ ਤੇ ਹੰਦੇ ਬਾਅਦ ਸਾਰਾ ਨਾ ਉੱਪਰ ਪੰਡਾਲ ਦੇ ਵਿੱਚ ਸੁੱਟਿਆ ਆ ਜੇ ਸਮਾਨ ਚੱਲ ਕੋਈ ਹੋਰ ਦੱਸੋ ਮੈਂ ਆਈ ਤੇਰੇ ਵੱਲ ਕੰਮ ਹੂੰ ਆ ਤੈਨੂੰ ਚਾਹੀ ਨਹੀਂ ਕੋਈ ਦੱਸਿਆ ਨਹੀਂ ਆ ਡੀ ਡੀ ਕੇ ਮੈਂ ਆਈ ਮੈਂ ਮੰਜੂ ਦਾ ਕੋਈ ਸੁਣਿਆ ਨਹੀਂ ਆਇਆ ਮੇਰੇ ਵੱਲ ਅਰਾ ਤੇ ਗੰਦੇ ਬੇਸੀ ਤਾਂ ਤੁਹਾਡੇ ਵੱਲੋਂ ਕੀ ਜਸਵੀਰ ਆਈ ਸੀ ਤੇ ਗਾਂ ਨੇ ਨਾ ਕੋਈ ਦੱਸਿਆ ਆ ਚਾਈ ਨੂੰ ਪੱਕੀ ਗੱਲ ਚੇਤਾ ਭੁੱਲ ਜਾਂਦਾ ਚਾਹੀ ਨੂੰ ਤੇ ਸਾਗ ਤੋਂ ਨਹੀਂ ਵੇਲ ਮਿਲਦੀ ਆ ਫੇਰ ਸਾਗ ਲੈਣ ਗਏ ਜਿਹੜੇ ਰਾਤ ਦਾ ਮੁੱਕਿਆ ਨਹੀਂ ਫਰਿੱਜ ਵਿੱਚ ਕਿੰਨਾ ਪਿਆ ਐ ਸਾਗ ਫੇਰ ਚਲੀ ਗਈ ਮੈਨੂੰ ਐਸਿਡਿਟੀ ਹੋ ਗਈ ਆ ਪਤਾ ਕੀ ਗੱਲ ਆ ਤੁਹਾਡੇ ਤਾਂ ਘਰ ਦੇ ਪੱਠੇ ਆ ਹੈ ਉਹਦੇ ਵਿੱਚੋਂ ਸਾਗ ਵਾਦੋਂ ਨਿਕਲ ਆਂਦਾ ਤੇ ਬਾਕੀ ਇੱਕ ਗੱਲ ਆਪਾਂ ਬਾਜ਼ਾਰੋਂ ਮੋਲ ਲੈ ਕੇ ਖਾਨੀ ਸਾਗ। ਮੈਨੂੰ ਤਾਂ ਨਹੀਂ ਸਵਾਦ ਆਂਦਾ। ਤੇ ਤੂੰ ਇਦੋਂ ਹੀ ਲੈ ਲਿਆ ਕਰੋ ਸਾਡੇ ਤੇ ਬੰਦਾ ਹੀ ਵੈਸੇ ਹੀ ਬੜਾ ਜ਼ਿਆਦਾ ਵਾ। ਚਲ ਆਉਂ ਕਹਨਾ ਜਿਹੜਾ ਪਿਆ ਹੈ ਨਾ ਅੰਦਰ ਉਹ ਜਸਪੀਰ ਨੂੰ ਦੇ ਦੇ। ਚਲੋ ਠੀਕ ਹੈ। ਅਸੀਂ ਹੋਰ ਬਣਾ ਲਾਂਗੇ। ਅੱਛਾ ਮੇਰੀ ਗੱਲ ਸੁਣ। ਹਾਂਜੀ। ਮੈਂ ਉਦੋਂ ਵੀ ਆਈ ਸੀ। ਆ ਮੈਂ ਰਿਸ਼ਤੇ ਬਾਰੇ ਗੱਲ ਕੀਤੀ ਸੀ। ਕਿਹਦੇ ਰਿਸ਼ਤੇ ਬਾਰੇ? ਹਾਏ ਹਾਏ ਹੁਣ ਤੇਰੇ ਘਰ ਵਾਲੇ ਥੋੜਾ ਰਿਸ਼ਤੇ ਦੀ ਗੱਲ ਕਰਨੀ ਆ। ਹੁਣ ਤੇਰੇ ਤੇ ਹੋਰ ਦੇ ਰਿਸ਼ਤੇ ਦੀ ਗੱਲ ਕਰਨੀ ਆ। ਆਪਣੀ ਵਾਲੇ ਪੁੱਛਣ ਡੇ ਸੀ ਮੈਨੂੰ ਕਿ ਦੱਸੋ ਗੱਲ ਗਾਂ ਤੋਰੀਏ। ਕੇ ਨਾ ਤੋਰਾ ਮੈਂ ਕਿਹੜੀ ਕੁੜੀ ਵਾਲੇ ਕੁੜੀ ਵਾਲੇ ਕੀ ਜਿਨ੍ਹਾਂ ਨੇ ਤੇਰੇ ਦਿਓਰ ਦਾ ਵਿਆਹ ਕਰਨਾ ਇਹਦਾ ਕਰਨਾ ਨਹੀਂ ਜਿਨ੍ਹਾਂ ਨੇ ਤੇਰੇ ਦਿਓਰ ਦਾ ਵਿਆਹ ਜਿਹੜੀ ਕੁੜੀ ਨਾਲ ਹੋਣਾ ਹੈ ਅਨਕਮੇ ਦਾ ਵਿਆਹ ਹਾਏ ਨਹੀਂ ਨਿਕਮਾ ਨਾ ਕਹ ਤੈਨੂੰ ਨਿਕਮਾ ਲੇ ਜਾਣਾ ਅੰਡੇ ਆਵੈ ਹਾਏ ਆਂਟੀ ਕਿਉਂ ਕਿਸੇ ਦੀ ਜ਼ਿੰਦਗੀ ਤੁਸੀਂ ਖਰਾਬ ਕਰਨ ਦੇ ਤੁਲੇ ਹੋਏ ਜੇ ਕਿਉਂ ਕਿਸੇ ਦੀ ਜ਼ਿੰਦਗੀ ਤੁਸੀਂ ਰੋਲਣੀ ਆ ਹੈ ਅਗਲੀ ਬਾਅਦ ਤੁਹਾਨੂੰ ਗਾਲਾਂ ਕੱਢੂਗੀ ਐਡੀ ਐਡੀਆਂ ਵੱਡੀਆਂ ਗਾਲਾਂ ਪੈਂਦੀਆਂ ਜੇ ਬਾਅਦ ਚੋ ਕੋਈ ਨਹੀਂ ਪੈਂਦੀ ਆ ਡੀ ਵੱਡੇ ਜਸਵੀਰ ਤੂੰ ਮੇਨਾਂ ਗੱਲ ਕਰ ਨਹੀਂ ਉਹਦਾ ਰਿਸ਼ਤਾ ਹੋਵੇ ਭਾਵੇਂ ਨਾ ਹੋਵੇ ਮੈਨੂੰ ਤਾਂ ਵਿੱਚ ਹੋਵੇ ਚੰਦੀ ਤੂੰ ਨਹੀਂ ਜਾਣਦੀ ਕਿ ਉਹਦਾ ਰਿਸ਼ਤਾ ਹੋਵੇ ਹਾਂਟੀ ਤੁਸੀਂ ਮੇਰੀ ਗੱਲ ਸਮਝੋ ਤੁਹਾਨੂੰ ਕਿੰਨੇ ਕਿਹਾ ਵਾ ਰਿਸ਼ਤਾ ਲਿਆਣ ਵੱਲੋਂ ਇੱਥੇ ਕਿੰਨੇ ਕਿਹਾ ਮੈਨੂੰ ਆਪਣੇ ਆਪ ਨજર ਨਹੀਂ ਆਂਦਾ ਅ ਰੱਬ ਨੇ ਜਿਹੜੇ ਮੋਟੇ ਡੇਲੇ ਦਿੱਤੇ ਮੈਨੂੰ ਮੇਰਾ ਗਵਾਂਡ ਮੱਥਾ ਪਹਿਣਾ ਮੈਂ ਨਹੀਂ ਸੋਚਣਾ ਤੇ ਕਿੰਨੇ ਸੋਚਣਾ ਸਾਡਾ ਤੇ ਗਵਾਂਡ ਮੱਥਾ ਵਾ ਮਾਂ ਚੋ ਕੁੜੀ ਦੇ ਘਰ ਦੇ ਆਣੇ ਆ ਕੇ ਕੀ ਪਰਾਂਦੀ ਕਮਾਣੀ ਤੁਹਾਨੂੰ ਘਰੋਂ ਕੱਢ ਦੇਣਾ ਜੇ ਬਾਹਰ ਮੈਨੂੰ ਕਿਉਂ ਕੱਢਣਾ ਕੰਮ ਕਰ ਕੋਈ ਕਰਦਾ ਨਹੀਂ ਵੀ ਕਿਹੜੀ ਬੇਇੱਜ਼ਤੀ ਉਹਦਾ ਰਿਸ਼ਤਾ ਲੈ ਕੇ ਆ ਗਏ ਜੇ ਤੇਰਾ ਕਿਹੜਾ ਕਰਦਾ ਹਾਏ ਆਂਟੀ ਤੂੰ ਹੀ ਵੇਖੋ ਹੁਣ ਵੀ ਤਾਸ਼ ਖੇਡਣ ਗਿਆ ਜੇ ਚਾਰ-ਚਾ ਦਿਨ ਕੱਪੜੇ ਨਹੀਂ ਬਦਲਦਾ ਆ ਪਰਸੋਂ ਉਹਦੇ ਪਿੱਛੇ ਕੁੱਤਾ ਪੈ ਗਿਆ ਸੀਗਾ ਚੱਲ ਨਹੀਂ ਚੱਲ ਕੁੱਤਾ ਭੁਆ ਕੇ ਜਸਮੀਰ ਦਾ ਇਹ ਤਾਂ ਗੱਲ ਕਰ ਐਵੇਂ ਕੁੱਤੇ ਭੁਆਣ ਲਈ ਮੇਰੇ ਮੁੰਡੇ ਨੂੰ ਇਹ ਚੰਦੀ ਨਹੀਂ ਲੱਗਦੀ ਮੇਰੇ ਖ ਮੇਰੇ ਮੁੰਡੇ ਦਾ ਰਿਸ਼ਤਾ ਹੋਵੇ ਆਂਟੀ ਮੇਰੇ ਵੱਲ ਵੇਖੋ ਤੁਸੀਂ ਮੈਂ ਵੀ ਇਹੀ ਸੋਚਦੀ ਮੇਰ ਨਾਲ ਕਾਲਜ ਚ ਪੜਦਾ ਬੜਾ ਬੜਾ ਕਿਤੇ ਉਹ ਆ ਕੰਮ ਕਰਦਾ ਇਤਨਾ ਉਤਨਾ ਮੈਨੂੰ ਇਹੀ ਕਿਹਾ ਸੀ ਮੈਨੂੰ ਪਤਾ ਕੀ ਆਂਦੇ ਸੀ ਉਹ ਮੈਂ ਤੇ ਆਫਿਸ ਜਾਣਾ ਵਾ ਮੈਨੂੰ ਹੁਣ ਪਤਾ ਲੱਗਾ ਉਹ ਵੀ ਸੇਨਾ ਦਾ ਉਤਾਸ਼ ਸੈਂਟਰ ਹੈਗਾ ਵਾ ਉਹ ਦੋਵੇਂ ਜਾਣੇ ਉੱਥੇ ਹੀ ਉਜੜੇ ਰਹਿੰਦੇ ਉਹ ਕੀ ਤੁਸੀਂ ਮੈਨੂੰ ਅੱਖਾਂ ਵਿਖਾਈ ਜਾਂਦੇ ਜੇ ਕਿਉਂ ਇਹਨਾਂ ਦੇ ਤੁਸੀਂ ਚੱਕਰਾਂ ਜੇ ਪੈਣਦੇ ਜੇ ਆਂਟੀ ਮੰਜੂ ਮੇਰੀ ਗੱਲ ਸੁਣ ਆ ਪੈਗੇ ਆਣ ਕਮਾਂਡ ਇਹ ਤਾਂ ਹੈ ਕੱਲ ਦੀ ਤੇ ਮੈਂ ਸਿੱਧੀ ਤੈਨੂੰ ਗੱਲ ਦੱਸਾਂ ਨਹੀਂ ਇਹ ਨਹੀਂ ਉਹ ਚਾਹਦੀ ਕਿ ਦਰਾਣੀ ਇਹਦੀ ਆ ਜਾਵੇ ਇਹ ਚਾਹਦੀ ਆ ਸਾਰੀ ਮੈਂ ਮਾਲਕਰ ਬਣਾ ਨੀ ਮਾਲਕਰ ਬਣੇ ਨਾ ਬਣੇ ਉਹਦੇ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ ਅਸਲ ਵਿੱਚ ਚਾਹਦੀ ਨਹੀਂ ਕਿ ਉਹਦਾ ਵਿਆਹ ਹੋ ਜਾਵੇ ਇੱਕ ਗੱਲ ਹੋਰ ਦੱਸਾਂ ਇਹ ਵਿਆਹ ਪਤਾ ਕਿੱਥੇ ਚਾਹਦੀ ਏਰੀ ਮੈਂ ਗੱਲਾਂ ਤੋਂ ਹਿਸਾਬ ਲਾ ਲਿਆ ਇਹ ਕੋਈ ਰਿਸ਼ਤੇਦਾਰਾ ਚ ਨਹੀਂ ਕੋ ਭੈਣ ਭੂਣ ਹੋਣੀ ਹੁੰਦੀ ਆ ਇਹ ਉਹ ਚਾਂਦੀ ਹੋਣੀ ਆ ਕਿ ਮੈਂ ਇੱਥੇ ਲਿਆਵਾ ਮੈਂ ਆਪਣੀ ਕਿੱਥੇ ਲਿਆ ਦਿੱਥੇ ਮੈਂ ਆਪਣੀ ਭੈਣ ਨੂੰ ਕਿਉਂ ਡੋਬਣਾ ਖੂਂਚੇ ਕਿਉਂ ਸੁਟਣਾ ਮੇਰੀ ਗੱਲ ਸੁਣਨੀ ਚੁੱਪ ਕਰ ਜਾ ਮੈਂ ਤੇਰੀ ਕਿੰਨੀ ਦੇਰ ਦੀ ਸੁਣੀ ਜਾਣੀ ਵਈ ਕਿਸੇ ਚੀਜ਼ ਦੀ ਕਬੀ ਕਰੋੜਾਂ ਦੀ ਤੂੰ ਮਾਲਕ ਹੈ ਚੁੱਪ ਕਰ ਜਾ ਮਾਤਾ ਚੁੱਪ ਕਰ ਜਾ ਮੈਨੂੰ ਪਤਾ ਆਪਣੇ ਮੁੰਡਿਆਂ ਨੂੰ ਕੌਣ ਮਾਣਾ ਕਹਿੰਦਾ ਵਾ ਪਰ ਆਂਟੀ ਤੁਸੀਂ ਧਿਆਨ ਨਾ ਵੇਖੋ ਜੀ ਨਹੀਂ ਨਾ ਯਕੀਨ ਆਂਦਾ ਤੇ ਬਾਹਰ ਵਾਲੇ ਕੈਮਰੇ ਸਾਡੇ ਲੱਗੇ ਨਾ ਉਹਦੀ ਵੀਡੀਓ ਮੈਂ ਤੁਹਾਨੂੰ ਦਿਖਾ ਦੇਣੀ ਕੁੱਤੇ ਉਹਦੇ ਪਿੱਛੇ ਪੈ ਗਈ ਕੀ ਬਣਿਆ ਰਹਿੰਦਾ ਤੁਸੀਂ ਆਪ ਵੇਖੋ ਕੁੜੀ ਜਿਹੜੀ ਆਈ ਨਾ ਉਹ ਤੁਹਾਨੂੰ ਗਾਲਾਂ ਪੈਣੀਆਂ ਜੇ ਤੇ ਬਾਹ ਚੋ ਵਿਚੋਲੇ ਵਿਚੋਲੀਆਂ ਦੀ ਤੇ ਵੈਸੇ ਹੀ ਵਿਚੋਲੇ ਬੜੇ ਬਦਨਾਮ ਹੁੰਦੇ ਇਹ ਵਿਚੋਲੇ ਨਾ ਮੇਰੀ ਭੈਣ ਨਹੀਂ ਭੈਣ ਤੇ ਗਈ ਤੁਸੀਂ ਲੈ ਕੇ ਤੇ ਰਿਸ਼ਤਾ ਆਏ ਜੇ ਬਾਹ ਚੋ ਕੁੜੀ ਨੇ ਤੁਹਾਨੂੰ ਤੇ ਤੁਸੀਂ ਤੇ ਇੱਥੇ ਹੀ ਰਹਿੰਦੇ ਜੀ ਰੋਹ ਤੁਹਾਡੇ ਘਰ ਆ ਕੇ ਗਾਲਾਂ ਕੱਢਿਆ ਕਰੋਗੀ ਆਂਟੀ ਤੁਸੀਂ ਜਾਓ ਆਂਟੀ ਤੁਸੀਂ ਜਾਓ ਆਂਟੀ ਤੁਸੀਂ ਜਾਓ ਆਂਟੀ ਤੁਸੀਂ ਜਾਓ ਆਂਟੀ ਜਾਓ ਆਂਟੀ ਜਾਓ ਅੰਟੀ ਜਾਓ ਓ ਹੋ ਪੈਣਾ ਅੰਟੀ ਤੁਸੀਂ ਜਾਓ ਅੰਟੀ ਜਾਓ ਅੰਟੀ ਜਾਓ ਹੋਣਾ ਚੁੱਪ ਕਰਨੀ ਚੱਲੀ ਆ ਭੁੱਲੀ ਜਾਣ ਦੇ ਹੀ ਆ ਹਾਂ ਨਹੀਂ ਮੇਰੀ ਗੱਲ ਸੁਣ ਮੰਜੂ ਮੈਨੂੰ ਨਿਆਣੀ ਨਹੀਂ ਹੈਗੀ ਆ ਬਥੇਰੀ ਦੁਨੀਆ ਹੰਡਾਈ ਆ ਆ ਮੇਰੀ ਗੱਲ ਯਾਦ ਰੱਖੀ ਹਾਂ ਆ ਤੇਰੀ ਜਿਹੜੀ ਨੂੰ ਆ ਨਾ ਹਾਂ ਆ ਪੱਕੀ ਗੱਲ ਈ ਆਪਣੇ ਪੇਕਿਆਂ ਚ ਕੋਈ ਸਾਗ ਲਿਆਣਾ ਚਾਹਦੀ ਹੋ ਮੈਂ ਆਪਣੇ ਪੇਕਿਆਂ ਨੂੰ ਨਹੀਂ ਮਾਰਨਾ ਅੰਡ ਤੂੰ ਜਾਓ ਪਲੀਜ਼ ਬਖਸ਼ ਦੋ ਕੁੜੀ ਦੀ ਜ਼ਿੰਦਗੀ ਕੱਲ ਯਾਦ ਰੱਖੀ ਜਾਓ ਜਾ ਯਾਦ ਰੱਖੀ ਇਹਨੇ ਪੇਕਿਆਂ ਦੀ ਵਾਰ ਨਹੀਂ ਕੋਈ ਜਾਓ ਹਾਏ ਰੱਬਾ ਸ਼ੁਕਰ ਹੈ ਰੱਬਾ ਕੁੜੀ ਦੀ ਜ਼ਿੰਦਗੀ ਬਚ ਗਈ ਕਿਸੇ ਨਹੀਂ ਤੇ ਇਹਨਾਂ ਨੇ ਰਿਸ਼ਤਾ ਲਿਆ ਕੇ ਉਹ ਕੁੜੀ ਨੂੰ ਹੀ ਡੋਪ ਦੇਣਾ ਸੀਗਾ ਨਹੀਂ ਬਗਬਲਾ ਦੱਸ ਦੱਸ ਨੂੰ ਸ਼ਰਮ ਆਇਆ ਥੋੜੀ ਜਿਹੀ ਨਹੀਂ ਆਈ ਉਹ ਮੰਮੀ ਤੂੰ ਹੀ ਵੀ ਚੁੱਪ ਕਰੋ ਤੁਹਾਨੂੰ ਵੀ ਸਾਰਾ ਪਤਾ ਵਾ ਕਿੱਥੇ ਉਜੜਿਆ ਰਹਿੰਦਾ ਤਾਸ਼ ਖੇਡਦਾ ਰਹਿੰਦਾ ਆ ਪਰਸੋਂ ਪਰਸੋਂ ਨੇ ਪਤਾ ਕੀ ਕੀਤਾ ਜੇ ਕੀ ਮੈਂ ਤੁਹਾਨੂੰ ਦੱਸਾਂ ਤਾਸ਼ ਵਿੱਚ ਕਹਿੰਦਾ ਨਹੀਂ ਨਹੀਂ ਮੈਂ ਤਾਂ ਇੱਥੇ ਹੀ ਚੱਲਾਂ ਇੱਥੇ ਹੀ ਚੱਲਾਂ ਉਹ ਨਹਿਰ ਦੇ ਉੱਤੇ ਚ ਗਿਆ ਸੀ ਤਵਾਸ਼ ਖੇਡਣ ਵਾਸਤੇ ਥੋੜਾ ਬਹੁਤਾ ਸਮਝਾਇਆ ਤੇ ਕਰੋ ਜੀ ਤਾਂ ਜਿਆਦਾ ਪਤਾ ਮੇਰੇ ਨਾਲੋਂ ਮੈਂ ਪਾਲਿਆ ਪੋਸਿਆ ਮੈਨੂੰ ਨਹੀਂ ਪਤਾ ਤੂੰ ਹੀ ਪਾਲਿਆ ਪੋਸਿਆ ਪਰ ਤੂੰ ਹੀ ਉਹਦਾ ਕੱਖ ਨਹੀਂ ਕੀਤਾ ਚੱਲ ਜਾ ਮੈਂ ਵੀ ਤੇ ਅੱਗੋਂ ਸਮਾਨ ਮੰਗਵਾਣਾ ਨਹੀਂ ਮੰਗਾਣਾ ਨਾਮਗਾ ਅੱਜ ਤੇਰੀ ਸਹੇਲੀਆਂ ਜੀਆਂ ਆ ਜਾਂਦੀਆਂ ਨਾ ਤੇ ਦੱਸਾਂਗੇ ਸਵਾਲੋ ਚੱਲ ਮੇਰੇ ਨਾਲ ਤੂੰ ਮੇਰੀ ਸਹੇਲੀ ਨੂੰ ਭਜਾਏ ਨਾ ਆਰਮ ਤੇਰੀਆਂ ਸਹੇਲੀਆਂ ਮੈਂ ਤਾਂ ਕਿਸੇ ਕੁੜੀ ਦੀ ਜ਼ਿੰਦਗੀ ਬਚਾਈ ਆ ਜੋ ਮਰਜੀ ਕਰੋ ਦੇਖਾਂਗੇ ਕਿ ਕਿਹਦੀ ਜ਼ਿੰਦਗੀ ਬਚਦੀ ਆ ਕਿਹੋ ਜੀ ਜਹੇਗੀ ਅੱਧੀ ਔਰ ਦਾ ਵਿਆਹ ਹੋਣ ਦੇ ਵਿਆਹ ਨਹੀਂ ਹੋਣ ਦੇਣ ਦੇ ਦੁੱਧ ਨੂੰ ਪਾਲਾ ਆ ਗਿਆ ਵੈ ਸਬਜ਼ੀਆਂ ਬਣ ਗਈਆਂ ਹੁਣ ਮੇਰੀਆਂ ਅਭੀ ਸਬਜ਼ੀ ਹੋ ਗਈ ਹੈ ਕੋਈ ਕੁੜੇ ਕੀ ਕਰਨ ਢਈ ਹੈ ਮੰਜੂ ਉਹ ਚਾਹੀ ਕਿਰਨ ਦੀ ਨਾ ਮੰਮੀ ਨਹੀਂ ਆਣਾ ਵੈ ਅੱਛਾ ਤੇ ਮੈਂ ਕਿਹਾ ਸਬਜ਼ੀਆਂ ਸੁਬਦੀਆਂ ਨਾ ਟਾਈਮ ਸੀਰ ਬਣਾ ਕੇ ਨਾ ਵਿਹਲੀ ਹੋ ਜਾਵਾਂ ਅੱਛਾ ਅੱਛਾ ਤੇ ਉਹ ਬਣਾ ਲੀਆਂ ਮੈਂ ਅੱਛਾ ਕੀ ਕੀ ਬਣਾਈ ਮੈਨੂੰ ਦੱਸੋ ਸਹੀ ਪਨੀਰ ਦੀ ਪੁਰਜੀ ਬਣਾਈ ਹੈ ਅੱਛਾ ਤੇ ਪਰਤਾ ਬਣਾ ਲਿਆ ਵੈ ਹਾਂ ਤੇ ਮਿੱਠੇ ਚਾਵਲ ਅੱਛਾ ਤੇ ਕਿਰਨ ਕੰਦੀ ਪਈ ਮੈਂ ਕਿਹਾ ਪੁੱਤਰ ਹੁਣ ਹੋਰ ਕੁਝ ਨਹੀਂ ਬਣਾ ਤੇ ਬਹੁਤ ਹੈ ਕੰਦੀ ਨਹੀਂ ਮੇਰੀ ਮੰਮੀ ਨੂੰ ਨਾ ਮੂਲੀਆਂ ਦੀ ਪੁਰਜੀ ਬੜੀ ਪਸੰਦ ਹੈ ਅੱਛਾ ਤੇ ਮੈਂ ਉੱਥੋਂ ਫਿਰ ਵੇਲੀ ਚੋਂ ਸਾਹੀ ਨੂੰ ਕਿਹਾ ਮੂਲੀਆਂ ਲੈ ਆ ਉਹ ਵੇਲੀ ਚੋਂ ਹੀ ਲੈ ਆ ਵਾ ਅੱਛਾ ਤੇ ਮੂਲੀਆਂ ਦੀ ਪੁਰਜੀ ਵੀ ਬਣਾ ਲਈ ਹੋਰ ਕੁਝ ਬਣਾਣਾ ਮੈਂ ਨਹੀਂ ਹੋਰ ਕੀ ਵੇਖ ਲੈ ਜੇ ਆਪਣੀ ਮੱਝੇ ਨਹੀਂ ਐ ਵੇਖੋ ਮੈਂ ਮਿੱਠੇ ਨਾਲ ਚੋਲ ਵੀ ਬਣਾ ਲਏ ਫੇਰ ਰੰਦੇ ਫੇਰ ਮਿੱਠਾ ਬਣਾ ਹੀ ਲਿਆ ਤੇ ਨਹੀਂ ਮੈਂ ਫੇਰ ਵੀ ਕੋਈ ਦੇਖ ਲੈਣਾ ਨਾ ਹੈ ਇਹ ਬਣਾ ਲਿਆ ਹਾਂ ਚੱਲ ਠੀਕ ਹੈ ਠੀਕ ਹੈ ਬਾਕੀ ਸਾਰਾ ਵੇਖੋ ਮਿੱਠੇ ਨਾਲ ਚਾਵਲ ਬਣਾ ਲਏ ਠੀਕ ਬਣੇ ਆ ਨਾ ਹਾਂ ਬਹੁਤ ਵਧੀਆ ਬਣੇ ਚੱਲ ਵਧੀਆ ਸੋਹਣੀ ਹੈ ਤੇ ਤੁਸੀਂ ਲੇਟ ਹੋਈ ਨਾ ਤੇ ਮੈਂ ਕਿਹਾ ਪੱਲਾ ਹੀ ਬਣਾ ਲੰਨੀ ਆ ਹਾਂ ਚੱਲ ਚੰਦਾ ਸੋਹੋ ਕੇ ਫੇਰ ਵੱਡਾ ਕੋਈ ਆਇਆ ਗਿਆ ਹੁੰਦਾ ਫਿਰ ਕੋਈ ਲੱਕੜੀ ਬਹਿਣਾ ਹੁੰਦਾ ਨਾ ਕੋਲ ਤੇ ਚਲੋ ਵੇਖੀਏ ਆਏ ਜਾਂ ਨਹੀਂ ਆਏ ਟਾਈਮ ਬਹੁਤ ਹੁੰਦਾ ਪਿਆ ਹਾਂ ਚੱਲ ਹਾਂ ਚੱਲ ਵੇਖਦੇ ਆਂ ਚੱਲਾ ਚਲੋ ਤੂੰ ਚੱਲੋ ਮ ਹਾਈ ਹਾਏ ਸਾਰੇ ਸੰਤਰੇ ਨਾ ਡਿੱਗ ਗਏ ਮਸਮੀਆਂ ਕਿੰਨੀ ਵਾਰੀ ਇਹਨਾਂ ਨੂੰ ਕਹਿ ਬੈਠੀਆਂ ਲਾ ਲਓ ਲਾ ਲਓ ਮਜਾ ਲੈ ਇਹਨਾਂ ਨੇ ਕਿਸੇ ਨੇ ਕੋਈ ਕੰਮ ਕਰ ਲੈਣਾ ਮਨ ਨੂੰ ਹੀ ਲਾਣੀ ਆ ਪੈਣੀ ਆ ਕੋਈ ਹਾਲ ਨਹੀਂ ਅਭੀ ਪੱਕ ਗਈ ਹੈ ਵੈਸੇ ਨਹੀਂ ਮੰਜੂ ਪੈਣੇ ਹਾਂਏ ਆਇਆ ਜੋ ਸੁਮੇਰ ਆ ਜਾ ਆ ਜਾ ਕੀ ਹਾਲ ਹੈ ਠੀਕ ਹੈ ਭਣੇ ਹੋਰ ਕੀ ਮਸਮੀਆਂ ਨੂੰ ਵੇਖਣ ਨਹੀਂ ਆ ਨਹੀਂ ਮਸਮੀਆਂ ਐਸ ਕਰਕੇ ਵੇਖਣ ਨਹੀਂ ਆ ਸਾਰੀਆਂ ਖਰਾਬ ਹੋ ਗਈਆਂ ਡਿੱਗ ਗਈਆਂ ਆ ਅੱਛਾ ਤੇ ਮੈਂ ਸਾਹਿਲ ਨੂੰ ਕਿੰਨੀ ਵਾਰੀ ਕਹਿ ਬੈਠੀ ਨਖਤੇ ਨੂੰ ਕੀ ਲਾਲਾ ਲਾਲਾ ਲਾਂਦਾ ਹੀ ਨਹੀਂ ਆ ਲੈ ਫੜ ਹਾਏ ਆ ਬੈਠ ਤੇ ਸਹੀ ਬੈਣੀ ਆ ਬੈ ਜਾ ਬੈ ਜਾ ਚਾਈ ਦਿਵਾਲੀ ਦੀ ਵਧਾਈ ਹੋਵੇ ਬਹੁਤ ਬਹੁਤ ਆ ਬੈਠ ਹੈਂ ਦਿਵਾਲੀ ਦੀ ਵਧਾਈ ਹੋਵੇ ਬੈ ਜਾ ਜਸਵੀਰ ਹੋਰ ਸੁਣਾ ਮੈਂ ਕਿਹਾ ਦੱਸ ਅਰੇ ਸਤੇ ਦਾ ਭੈਣ ਭਰਾ ਤੇ ਬਾਅਦ ਚ ਆ ਪਹਿਲਾਂ ਤਾਂ ਗਵਾਂਡ ਮੱਥਾ ਉਹ ਤੇ ਹੈ ਉਹ ਸੁਣਾ ਲਾਵਾ ਸੰਦ ਰੇਖਾ ਲਾ ਦੋ ਚਾਰ ਨਹੀਂ ਕਿਉਂ ਦਿੱਤੇ ਸੀ ਚਾਈ ਨੇ ਪਰਸੋ ਦੋ ਤੋੜ ਕੇ ਫੜਾਏ ਸੀ ਹਾਂ ਦੋ ਦਾ ਕੀ ਦੇਣਾ ਜ਼ਿਆਦਾ ਦੇ ਦੇ ਨੇ ਹੀ ਉਹਨੇ ਨਹੀਂ ਭਈਓ ਪੱਕੇ ਜੀ ਨਾ ਸੀ ਮੈਂ ਆ ਗਿਆ ਜਸਵੀਰ ਦੇ ਦਾਦੀ ਨਾਲ ਕਿਤੇ ਖੱਟੇ ਹੋ ਜਾਣ ਨਹੀਂ ਜਾਈ ਖੱਟੇ ਨਹੀਂ ਬਹੁਤ ਵਧੀਆ ਹੋ ਗਏ ਬਹੁਤ ਵਧੀਆ ਹੋ ਗਏ ਪੰਚੀ ਵੋਟੇ ਕਿੱਥੇ ਗਈ ਵੋਟੇ ਨਹੀਂ ਵਿਖਣ ਡਈ ਉਹ ਅੰਦਰ ਵੀ ਹੋ ਅੰਦਰ ਹੀ ਹੋਣੀ ਅੰਦਰ ਹੈਗੀ ਹੈ ਨਾ ਤੇ ਮੰਮੀ ਨੇ ਆਣਾ ਵੈਣਾ ਅੱਜ ਅੱਛਾ ਤੋਰ ਸੋਈ ਚ ਲੱਗੀ ਹੋਣੀ ਦਾਦੀ ਉਹਦੀ ਮੰਮੀ ਨੇ ਆਣਾ ਸੀ ਤੇ ਮੈਂ ਸਵੇਰੇ ਵੇਖਿਆ ਅੱਛਾ ਛੱਤ ਤੇ ਤੀਜੀ ਮੰਜ਼ਲ ਤੇ ਚੜੀ ਤੇ ਡਈ ਦਵਾ ਦਾ ਮਤੋਂਣ ਡਈ ਸੀ ਨਹੀਂ ਸਾਰਾ ਕੰਮ ਕਰ ਲੈਂਦੀ ਐ ਜਸਵੀਰ ਚੱਲ ਐਸਾ ਸਾਰਾ ਕੰਮ ਕਰਦੀ ਐ ਸਾਰਾ ਕੰਮ ਕਰ ਲੈਂਦੀ ਹੋਰ ਸਾਡੇ ਮੁੰਡਿਆਂ ਨਾਲੋਂ ਤੇ ਕੰਮ ਤੁਹਾਡੀ ਨੂੰ ਜ਼ਿਆਦਾ ਕਰਦੀ ਨਹੀਂ ਕੱਲ ਕਲਪਣ ਡਈ ਸੀ ਆ ਤੁਹਾਡੇ ਸਾਹਿਲ ਨਾਲ ਤੇ ਉਹਨੂੰ ਕਹਿਣ ਦੀ ਸੀ ਵੇ ਬਿਮਾਰੀਏ ਆ ਲੜੀਆਂ ਲਾ ਦੇ ਵੇ ਲੜੀਆਂ ਲਾ ਦੇ ਉਹ ਐਡਾ ਹੀ ਨਹੀਂ ਉਹ ਆਖੇ ਲੱਗਦਾ ਵੀ ਨਹੀਂ 17 ਵਾਲਾ ਹੀ ਉਹ ਜਿਤਨਾ ਵਾਕਈ ਜਿਤਨਾ ਭਲਾ ਤੇ ਨਾਲ ਵਿਆਹ ਕਰਾਂਦੀ ਵੀ ਉਹ ਹਾਂ ਤੇ ਸਾਲ ਲੱਭਣ ਡਈ ਉਹ ਕਹਿੰਦਾ ਅਬ ਚੋਲੇ ਦੇ ਜਿਤਨੇ ਬਹਿਣਾ ਹੀ ਅਸੀਂ ਤਾਂ ਪਿੱਛੇ ਹੋ ਜਾਂਦਾ ਹਾਂ ਚਾਹੀਂ ਅੰਦਾ ਨਾ ਗਿਆ ਤੂੰ ਐਡਾ ਨਹੀਂ ਕਹੀਦਾ ਹੁੰਦਾ ਮੇਰੀ ਗੱਲ ਸੁਣ ਵੇਹ ਇੱਕ ਗੱਲ ਈ ਹਾਂ ਚਾਹੀਂ ਸਾਰੇ ਗਲੀ ਕਹਿੰਦੀ ਹੈ ਗਲੀ ਕੀ ਕਹਿੰਦੀ ਆ ਬੜੇ ਜਾਣੇ ਦੂਰ ਦੂਰ ਤੱਕ ਆ ਕੰਦੇ ਰਿਸ਼ਤਾ ਵੇਖਿਆ ਕਿਰਨ ਦਾ ਤੇ ਸਾਹਿਲ ਦਾ ਨਾਂ ਨੂੰ ਦਿਓਰ ਪਰਜਾਈ ਆ ਭੈਣ ਭਰਾਵਾਂ ਵਾਲਾ ਰਿਸ਼ਤਾ ਹੀ ਹੈ ਉਹ ਵੀ ਜਦੋਂ ਦਿਲ ਕਰਦਾ ਕਹਿੰਦੇ ਹਾਕੀ ਗੱਡ ਮਾਰਦੀ ਨਹੀਂ ਤੇਰੀ ਨੂਹ ਦੀ ਤਾਂ ਹਾਕੀ ਬੜੀ ਮਸ਼ਹੂਰ ਹੈ ਕੀ ਆ ਨਹੀਂ ਬੜਾ ਲੜਦੇ ਛੋਟੇ ਭੈਣਾ ਭਰਾਵਾਂ ਵਕਲ ਲੜਦੇ ਤੇਰਾਤੀ ਵੇਖ ਲੈ ਪਤਾ ਨਹੀਂ ਕੀ ਕਹਿੰਦੇ ਉਹਨੂੰ ਇੰਗਲਿਸ਼ ਦੇ ਵਿੱਚ ਮੈਂ ਤੇ ਸਮਝ ਵੀ ਨਾ ਲੱਗੇ ਇਹ ਨੂਹ ਪਤਾ ਨਹੀਂ ਕੀ ਨਾਮ ਲੈਣ ਦੇ ਹੀ ਜਮੈਟੋਸ ਵਾਲਾ ਪਤਾ ਨਹੀਂ ਉੱਥੋਂ ਸਮਾਨ ਮੰਗਵਾ ਲੈਂਦੇ ਨਹੀਂ ਮੇਰੇ ਵੀ ਨੂਹ ਪੁੱਤ ਮੰਗਵਾਉਂਦੇ ਆਲੇ ਘਰੇ ਆ ਕੇ ਦੇਖੇ ਜਮੈਟੋ ਜਮੈਟੋ ਉਹ ਪੀਜ਼ਾ ਪੂਜਾ ਪਤਾ ਨਹੀਂ ਮੰਗਵਾਏ ਤੇ ਅਰਾਤੀ ਮੇਰੇ ਕੋਲ ਆ ਗਈ ਕਹਿੰਦੀ ਮੰਮੀ ਤੁਸੀਂ ਵੀ ਖਾ ਲੋ ਹਾਂ ਪਰ ਲੱਗਾ ਜੇ ਸੁਬੀਰ ਸਵਾਦ ਸਾਨੂੰ ਆਤਾ ਵੀ ਆਲੂ ਵਾਲੀ ਰੋਟੀ ਅੱਲਾ ਹੈਪੀ ਦੀਵਾਲੀ ਅਵੇ ਆਂਟੀ ਮੈਨੂੰ ਵੀ ਇੰਗਲਿਸ਼ ਬੋਲਣੀ ਆ ਗਈ ਮੇਰੀ ਨੋਨ ਸੇਮ ਟੂ ਯੂ ਟੂ ਯੂ ਵੇਲੇ ਮਨ ਸਭ ਕੁਸ ਖਾਤਾ ਹੀ ਨੇ ਤੇ ਆਂਟੀ ਮੇਰੀ ਗੱਲ ਸੁਣੋ ਤੁਸੀਂ ਵੀ ਅੱਜ ਬਹਿ ਜਾਓ ਥੋੜੀ ਦੇਰ ਮੰਮੀ ਆਣ ਵਾਲੇ ਆ ਮੰਮੀ ਆਣ ਵਾਲੇ ਹਾਂ ਫੇਰ ਕੀ ਇਹ ਤੇ ਮੰਮੀ ਨੇ ਆਣਾ ਵਾ ਫੇਰ ਕਿਉਂ ਆ ਪੈਣਾ ਮੰਮੀ ਨੇ ਮਿਲਣਾ ਤੇ ਚੰਗਾ ਥੋੜਾ ਲੱਗਦਾ ਆਇਆ ਤੇ ਫੇਰ ਕੀ ਆ ਮਾ ਧੀਆ ਦੀ 100 ਗੱਲ ਹੁੰਦੀ ਆ ਇਹ ਤੇ ਫੇਰ ਕੀ ਆ ਜੇ ਇੱਥੇ ਨਹੀਂ ਕੋਈ ਗੱਲ ਹੈਗੀ ਇੱਥੇ ਨਹੀਂ ਕੋਈ ਗੱਲ ਹੈਗੀ ਵੀ ਤੇਰੀ ਧੀ ਹੈ ਫੇਰ ਕਿਉਂ ਆ ਨਹੀਂ ਮੇਰੀ ਗੱਲ ਸੁਣਨੀ ਐਸੇ ਗੱਲ ਤੇ ਮੈਨੂੰ ਇੱਕ ਗੱਲ ਚੇਤਾ ਆ ਗਈ ਨਹੀਂ ਆਪਣੇ ਸੁਭਾਅ ਵੇਖ ਲੈਣੇ ਭੈਣਾ ਆ ਕਿੰਨੇ ਖੁੱਲੇ ਆ ਮੈਂ ਚਲ ਗਈ ਕਿਸੇ ਦੇ ਘਰ ਸ਼ਹਿਰ ਦੇ ਵਿੱਚ ਸੀ ਅੱਛਾ ਭੈਣਾ ਉਹਨਾਂ ਦੇ ਕਦੇ ਆਣੇ ਸੀ ਪਰੋਣੇ ਅੱਛਾ ਤੇ ਮਿੰਟ ਬਾਅਦ ਕਹਿਣ ਚਲੋ ਉਠੋ ਫਿਰ ਖਲਾਰਾ ਚੁੱਕ ਲਈਏ ਪਰੋਨੇ ਆਣ ਵਾਲੇ ਨਹੀਂ ਆਪਾਂ ਨੂੰ ਉੰਤਰਾ ਦੇਸੀ ਬੰਦਿਆਂ ਨੂੰ ਇਹਨਾਂ ਦੀ ਵਿੱਚ ਕਿਚ ਵਿੱਚ ਕਿਚ ਬਿਦੱਕੀ ਪਤਾ ਲੱਗਦਾ ਹੀ ਨਹੀਂ ਲੱਗਦਾ ਫਿਰ ਬਾਚੋ ਉਹਨਾਂ ਦਾ ਪਾਪਾ ਆ ਗਿਆ ਉੱਠੋ ਫਿਰ ਖਲਾਲਾ ਖਰੂਰਾ ਚੱਕੋ ਪਰੋਨੇ ਆਣ ਵਾਲੇ ਹਾਰ ਕੇ ਫਿਰ ਮੇਰੇ ਸਰਦਾਰ ਜੀ ਕੰਦੇ ਇਹ ਕਿਸੇ ਨੂੰ ਨਹੀਂ ਕਹਿਣ ਦੇ ਨਹੀਂ ਇੱਧੇ ਵੇਖ ਕੁੜੀ ਨੇ ਸਵੇਰ ਦਾ ਉੱਠੀ ਐ ਥੋੜਾ ਬੋਤਾ ਮਹਿਸਮਾਨ ਬਣਾਤਾ ਵਾ ਬਾਕੀ ਨੇ ਸਾਰਾ ਬਣਾ ਲਿਆ ਵੇ ਤੁਸੀਂ ਵੀ ਖਾ ਕੇ ਜਾਣਾ ਚੱਲ ਪੈ ਹਾਂ ਐਸੇ ਤਰ੍ਹਾਂ ਹੀ ਮਹਾਰਾਜ ਰੱਖੇ ਹੋਰ ਆ ਬਸ ਹੋਰ ਕੀ ਆ ਖਾ ਕੇ ਕੋਈ ਦੋ ਤਿੰਨ ਘਾਰੇ ਆ ਜਿੰਨਾ ਨਾਲ ਵਧੀਆ ਚੱਲੀ ਜਾਂਦਾ ਨਹੀਂ ਨਹੀਂ ਵਧੀਆ ਆਲਾ ਫੜ ਨਹੀਂ ਧੀਏ ਵੇਖ ਆਲਾ ਫੜ ਵੇਖ ਸੋਹਣੇ ਆ ਬਹੁਤ ਸੋਹਣੇ ਆਂਟੀ ਇਹਦੇ ਵਿੱਚ ਹੀ ਹੁਣ ਤੁਹਾਨੂੰ ਆਪਾਂ ਕੋਲਡ ਡਰਿੰਕ ਤਾਂ ਦੇਣੀ ਆ ਆਹ ਕੋਲਡ ਡਰਿੰਕ ਆ ਲੱਸੀ ਬਲਾ ਆਂਟੀ ਨੂੰ ਅਸੀਂ ਲੱਸੀ ਪੀਂਦੇ ਆ ਲੱਸੀ ਇੰਨੇ ਕੇ ਗਲਾਸ ਹੀ ਨਹੀਂ ਨਾ ਫਿਰ ਤੇ ਆਪਣਾ ਜਿਹੜਾ ਵੱਡਾ ਪਿੱਤਲ ਦਾ ਗਲਾਸ ਆ ਉਹ ਕੰਮ ਆਣਾ ਲੱਸੀ ਵਾਸਤੇ ਇਹਨੇ ਨਾਲ ਤੇ ਦਾੜੀ ਜੀ ਗਿੱਲੀ ਹੋਣੀ ਇਹ ਕੁੜੀਏ ਗੱਲ ਸੁਣ ਮੇਰੀ ਤੇਰੀਆਂ ਅਜਿਹਾ ਸਹਲੀਆਂ ਬੜੀਆਂ ਚੱਕਰ ਲਾਣ ਲੱਗ ਪਈਆਂ। ਉਹ ਆਂਟੀ ਐਕਚੁਅਲੀ ਨਾ ਪ੍ਰੋਜੈਕਟ ਵਗੈਰਾ ਉਹਨਾਂ ਨੇ ਬਣਾਣੇ ਹੁੰਦੇ ਨਾ ਉਹ ਫਿਰ ਮੈਨੂੰ ਪੁੱਛ ਲੈਂਦੀਆਂ ਵਾ। ਨਹੀਂ ਜਾਣਦੇ ਤੂੰ। ਆ ਸਭ ਕੁਝ ਮੈਨੂੰ ਪਤਾ ਲੱਗਣ ਡਿਆ। ਆ ਮੈਨੂੰ ਕੀ ਆ? ਆ ਗਲੀ ਮੱਲੇ ਵਾਲਿਆਂ ਨੂੰ ਵੀ ਪਤਾ ਲੱਗਣ ਡਿਆ। ਜਿਹੜੇ ਤੇਰੇ ਦੀ ਔਰ ਦੇ ਪ੍ਰੋਜੈਕਟ ਚੱਲਣ ਡਏ। ਨਹੀਂ 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 ਆਂਟੀ। ਕੀ ਮਤਲਬ ਜਸਵੀਰ? ਮਤਲਬ ਭੈਣਾ ਇਹ ਖੁਦ ਸਿਆਣੀ ਆ। ਆ ਸਭ ਕੁਝ ਸਮਝਣ ਲਈ ਏ।